ਕੀ ਨਾਮ ਹੈ ਤੁਹਾਡਾ? ਸਵਰਨਪੁਰ। ਮਤਲਬ ਕੀ ਕਾਰਨ ਹੈ ਜਿਹੜਾ ਤੁਸੀਂ ਝੌਂਪੜੇ ਦੇ ਵਿੱਚ ਰਹਿ ਰਹੇ ਜੋ? ਉਹ ਤਾਂ ਥਾਂ ਤੇ ਤਾਂ ਨਹੀਂ ਹੈਗਾ, ਥੋੜਾ ਹੈ ਤੇ ਇੱਕ ਹੀ ਬੱਚਾ ਹੈ, ਇੱਕ ਹੀ ਮੁੰਡਾ ਤੇ ਇੱਕ ਦੀ ਲੱਤ ਟੁੱਟੀ ਆ ਤੇ ਮੰਦਾ ਹਾਲ ਬਹੁਤ ਸਾਡਾ ਤੇ ਇੱਕ ਕਮਰੇ ਚ ਗੁਜ਼ਾਰਾ ਨਹੀਂ ਹੈ। ਗੁੱਡਗਾ ਤੇ ਉਹਦਾ ਪ੍ਰਾਹੁਣੇ ਦੀ ਡੈਥ ਹੋ ਗਈ ਆ, ਉਹ ਵੀ ਮੇਰੇ ਬੂਹੇ ਆਣ ਬੈਠੀ ਆ। ਮਾਂ ਪੁੱਤ ਉਹ ਆ ਤੇ ਇੱਕ ਕਾਕਾ ਹੈ ਤੇ ਉਹ ਕਿਹਨੂੰ ਕਿਹਨੂੰ ਖਵਾਵੇ, ਮੈਨੂੰ ਸਾਂਭੇ ਕੇ ਜਿਹਦੀ ਲੱਤ ਟੁੱਟੀ ਉਹਨੂੰ ਸਾਂਭੇ ਕੇ ਆਪਦਾ ਟੱਬਰ ਪਾਲੇ ਵਿਚਾਰਾ ਤੇ ਬੜੀ ਮੁਸ਼ਕਿਲ ਆ। ਅਸੀਂ ਤੇ ਪੁੱਤ ਇੱਕ ਦਿਨ ਲੂਣ ਵਾਲੀ ਚਾਹ ਪੀਤੀ ਸੀ, ਸਾਡਾ ਬੜਾ ਮੰਦਾ ਲਿੰਦੇ ਕੰਡੇ ਤੋਂ ਵੀ ਅੱਤਰ ਆ। बीते दिन एक ना सोशल मीडिया ते वीडियो भी तुहाडी वायरल हुई सी, कोई समाज सेवी सज्जना ने तुहाडी मदद वगैरह नहीं कीती? किस तरह दी मंग कर दे जो? ਕੋਈ ਮੰਗ ਕੀਤੀ, ਚੱਲ ਸਾਡਾ ਕੁੱਲਾ ਪੈ ਜੇ ਮਾੜਾ ਚੰਗਾ, ਸਾਡਾ ਬਾਥਰੂਮ ਲੈਂਟਰੀ ਪੈ ਜੇ, ਸਾਡੀ ਭੁੱਖ ਕਢਾ ਦਿਓ। ਭੁੱਖ ਬੜੀ ਸਾਨੂੰ, ਬਹੁਤ ਜ਼ਿਆਦਾ ਭੁੱਖ ਹੈ, ਤਾਂ ਰਾਤ ਨੇ ਰੋਤ ਹੋ ਕੇ ਬਹਿੰਦੇ ਹਾਂ। ਜੇ ਸਬਜ਼ੀ ਭਾਜੀ ਬਣ ਜਾਂਦੀ ਹੁੰਦਾ ਤਾਂ ਕਿਸੇ ਤੋਂ ਭੈਣ ਭਰਾ ਤੋਂ ਫੜ ਕੇ ਸਰ ਲੈਂਦੇ ਨੇ ਕੰਨੇ। ਮੇਰਾ ਤਾਂ ਕਾਕਾ ਵੀ ਬੜਾ ਹੀ ਰੋਂਦਾ ਸੀ ਪਰਸੋਂ, ਆਉਂਦਾ ਸੀ ਏਡੀ ਗਰੀਬੀ, ਇੰਨੀ ਗਰੀਬੀ, ਹੱਦੋਂ ਹੀ ਪਰੇ ਗਰੀਬੀ ਆ ਸਾਨੂੰ। ਮਾਤਾ ਜੀ ਤੁਸੀਂ, ਮੈਂ ਵੇਖਿਆ ਵੀ ਇੱਕ ਗਾਈ ਰੱਖੀ ਹੈ, ਇਹਦਾ ਪੱਠਾ ਦਿੱਤਾ ਕਿੱਦਾਂ ਫਿਰ? ਪੱਠਾ ਦਿੱਤਾ ਇੱਦਾਂ ਹੀ ਪੁੱਤ, ਲੱਭ ਲਭਾ ਕੇ ਵੱਢ ਵਡਾ। ਆਪ ਜਾਂਦੇ ਜੋ ਵੱਢਣ? ਹਾਂਜੀ। ਮਾਤਾ ਜਿਹੜੀ ਇੱਥੇ ਸਵਰਨ ਕੌਰ ਰਹਿ ਰਹੀ ਹੈ, ਕੀ ਲੱਗਦੀ ਤੁਹਾਡੀ? ਮੇਰੀ ਮੰਮੀ। ਕੀ ਕਾਰਨ ਹੈ ਝੌਂਪੜੇ 'ਚ ਕਿਉਂ ਰਹਿ ਰਹੇ ਆ? ਕਮਰਾ ਨਹੀਂ ਹੈਗਾ ਬੀਬੀ, ਇਹ ਇੱਕ ਆ, ਇੱਕ ਵੀਰ ਦੀਆਂ ਦੋਵੇਂ ਲੱਤਾਂ ਟੁੱਟੀਆਂ ਵਾ, ਉਹ ਵੱਡੀ ਭੈਣ ਲੈ ਗਈ ਆ ਅਤੇ ਮੈਂ ਇਹਨਾਂ ਦੇ ਬੂਹੇ ਆਣ ਕੇ ਬਹਿ ਗਈ ਹਾਂ। ਨਿੱਕੇ ਦਾ ਜ਼ਿਆਦਾ ਤਾਂ ਆਪ ਜੀ ਏਜੰਟ ਬੜਾ ਵਾ, ਅਸੀਂ ਬਹੁਤ ਮਾਵਾਂ ਧੀਆਂ ਤੰਗ ਆ ਵੀ ਸਾਨੂੰ ਖਵਾਵੇ ਵੀ ਆਪ ਖਵਾਵੇ। ਤੁਹਾਡੇ ਘਰ ਵਾਲੇ ਨੂੰ ਕੀ ਗੱਲ ਹੋਈ ਆ? ਬੀ ਤੁਹਾਡੇ ਲਾਗੇ ਨਾ ਇੱਕ ਮਾਤਾ ਜੀ ਰਹਿੰਦੇ ਆ ਸਵਰਨ ਕੌਰ ਹਾਂਜੀ ਵੀ ਜੀ ਕਿਸ ਤਰ੍ਹਾਂ ਦਾ ਉਹਨਾਂ ਦਾ ਪ੍ਰੋਸੀਜਰ ਆ ਜਿਹੜਾ ਉਹ ਮਤਲਬ ਵੇਖੀ ਰਹੇ ਵੀਰ ਜੀ ਵੀ ਵਿਚਾਰੇ ਇਹਨਾਂ ਦਾ ਦੋ ਲੜਕੇ ਆ ਇੱਕ ਤੋਂ ਇੱਕੋ ਕਮਰਾ ਹੈ ਅਤੇ ਉਹਦੇ ਫੈਮ
ਵਿਚਾਰੇ ਕੁੰਡੀ ਮਾੜੀ ਮੋੜ ਲਾ ਕੇ ਰਾਤ ਨੂੰ ਚੋਰੀ ਅਤੇ ਫਿਰ ਨਾਲ ਦੇ ਆਪਦਾ ਗੁਜ਼ਾਰਾ ਕਰਦੇ ਆ ਅਤੇ ਆ ਵੇਖੋ ਕਿੱਥੇ ਰੋਟੀ ਪਕਾਉਣ, ਕਿੱਥੇ ਕੀ ਕਰਨ, ਕਿੱਥੇ ਚਾਹ ਬਣਾਉਣ। ਕੋਈ ਹੈਲਪ ਕਰਨ ਵਾਲੇ ਵੀਰਾਂ ਨੂੰ ਸੱਜਣਾਂ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਦੀ ਹੈਲਪ ਕਰੋ, ਕੋਈ ਕੋਠਾ ਕਮਰਾ ਪਾ ਦਿਉ, ਕੋਈ ਥੋੜ੍ਹਾ ਬਹੁਤਾ ਥਾਂ 5-4 ਮਰਲੇ ਜੋ ਵੀ ਗੌਰਮੈਂਟ ਤੋਂ ਜੋ ਇੱਦਾਂ ਵੀ ਆ ਦਵਾ ਦਿਉ, ਜਾਂ ਕੋਈ ਆਪਣੇ ਕੋਲੋਂ ਦੇਣ ਵਾਲਾ ਸੱਜਣੇ ਆ ਵੀਰ ਬਣ ਕੇ ਇਹਨਾਂ ਹੱਥ ਜੋੜ ਕੇ ਬੇਨਤੀ ਆ ਇਹਨਾਂ ਦਾ ਵਿਚਾਰਿਆਂ ਦਾ ਕਰੋ ਕੋਈ ਨਾ ਕੋਈ ਹੱਲ। ਅੱਜ ਤੱਕ ਅਨੇਕਾਂ ਦੁਖੀ ਭੈਣ ਭਰਾਵਾਂ ਦੇ ਘਰਾਂ ਨੂੰ ਵਸਾਉਣ ਵਾਲੇ ਮਨੀਸ਼ ਆਚਾਰੀਆ, ਸੰਪਰਕ ਕਰੋ 9969000755, ਪਤਾ ਫਗਵਾੜਾ ਪੰਜਾਬ। ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਖੋਇਆ ਪਿਆਰ ਵਾਪਸ ਪਾਉਣਾ, ਲਵ ਮੈਰਿਜ, ਸੌਦਨ ਦੁਸ਼ਮਣ ਤੋਂ ਛੁਟਕਾਰਾ, ਜ਼ਮੀਨੀ ਝਗੜਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਿਦੇਸ਼ 'ਚ ਪੱਕਾ ਹੋਣਾ, ਕਰਜ਼ਾ ਮੁਕਤੀ ਦੇ ਵਿਸ਼ੇਸ਼ ਉਪਾਅ ਜਾਣੋ, ਗੁਪਤ ਵਸ਼ੀਕਰਨ ਕਰਾਓ, ਮਨ ਚਾਹਾ ਪਿਆਰ ਪਾਓ, ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। 9969000755।